ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ, ਉਹ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ, ਵੰਸ਼ ਬਚਾਉਣਾ ਮੁਸ਼ਕਿਲ ਹੋ ਗਿਆ ਨਸ਼ੇ ਹਥਿਆਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਟ ਕਵਾਰੇ ਤੋਂ, ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿਲੇ ਉਮੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ, ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾ ਸੋਡੇ ਖਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਟ ਕਵਾਰੇ ਤੋਂ, ਆ ਕੁਰਸੀ ਦੀ ਭੁੱਖ ਨੇ ਕੀਤਾ, ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ, ਦੇਰਿਆਂ ਦੇ ਵਿੱਚ ਹੁੰਦੀ ਦੇਖੀ ਟੱਕੇ ਛਾਈਏ, ਹੀਰ ਸੇਫ ਨੀ ਜਾਂਦੀ ਮਿੱਤਰਾ, ਹੀਰ ਸੇਫ ਨੀ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ, ਕੀ ਮਾਪੇ ਕਰਨ ਉਮੀਦਾਂ ਜੰਗ ਬਲਟ ਕਵਾਰੇ ਤੋਂ, ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿਲੇ ਉਮੀਦਾਂ ਦੇ, ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ, ਗੱਲ ਗਈ ਦੇਖੋ ਦੇਸ਼ ਵਾਸੀਓ ਮੈਂ ਤੁਹਾਡੇ ਵਾਸਤੇ ਖੜਾ ਆਇਆ ਵਾਂ, ਜੇ ਮੋਦੀ ਸਾਹਿਬ ਮਹਿੰਗਾਈ ਘੱਟ ਕਰ ਦੇਣ, ਜੇ ਮੋਦੀ ਸਾਹਿਬ ਸਿਲੰਡਰਾਂ ਦੇ ਰੇਟ ਸਸਤੇ ਕਰ ਦੇਣ, ਜੇ ਮੋਦੀ ਸਾਹਿਬ ਜਿਹੜੇ ਸਰਕਾਰੀ ਬੰਦੇ ਲੱਗੇ ਆ ਉਹਨਾਂ ਦੀ ਪੈਨਸ਼ਨ ਲਾਗੂ ਕਰ ਦੇਣ, ਜੇ ਸਰਕਾਰ ਜੇ ਮੋਦੀ ਸਾਹਿਬ ਸਿਲੰਡਰ ਸਸਤੇ ਕਰ ਦੇਣ, ਐਜੂਕੇਸ਼ਨ ਦੇ ਦੇਣ, ਮੈਡੀਕਲ ਦੇ ਦੇਣ, ਮੈਂ ਇਲੈਕਸ਼ਨ 'ਚ ਨਹੀਂ ਖੜਾਊਂਗਾ। ਔਰ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜਿਹੜੀ ਮਣੀਪੁਰ ਦੇ ਵਿੱਚ ਕਾਂਡ ਦੇ ਵਿੱਚ ਦੋ ਕੁੜੀਆਂ ਦਾ 100 ਬੰਦੇ ਨੇ ਰੇਪ ਕਰਕੇ ਉਹਨਾਂ ਨੂੰ ਗੋਲੀ ਮਾਰਤੀ ਸੀ, ਉੱਥੋਂ ਦੇ ਮੁੱਖ ਮੰਤਰੀ ਨੇ 2 ਮਹੀਨੇ ਨੈੱਟ ਬੰਦ ਕੀਤਾ ਸੀਗਾ, ਉਸ ਮੁੱਖ ਮੰਤਰੀ ਨੂੰ ਫਾਂਸੀ ਦੇ ਦਿਓ। ਮੈਂ ਬੀਜੇਪੀ ਜਾਣ ਨੂੰ ਤਿਆਰ ਹਾਂ, ਅਗਰ 1 ਰੁਪਈਆ ਵੀ ਲਊਂਗਾ ਮੈਂ। ਕਿਉਂ? ਕਿ ਉਹਨੇ ਧੀਆਂ ਭੈਣਾਂ ਦੀ ਕਦਰ ਨਹੀਂ ਕੀਤੀ, ਉਹਨੇ ਜ਼ੁਲਮ ਨੂੰ ਰੋਕਿਆ ਸੀਗਾ। ਜਿਹੜਾ ਬੰਦਾ ਦੋਸ਼ੀ ਆ ਉਹ ਅੱਜ ਜ਼ੁਲਮ ਰੋਕਦਾ, ਉਹਨਾਂ 100 ਬੰਦੇ ਨੇ ਰੇਪ ਕੀਤਾ ਕੁੜੀਆਂ ਦਾ, ਤੇ ਬੀਜੇਪੀ ਸਰਕਾਰ ਨੇ ਉਹਨਾਂ ਬੰਦਿਆਂ ਦਾ ਸਾਥ ਦਿੱਤਾ। ਦੁੱਖ ਇਸ ਚੀਜ਼ ਦਾ, ਹਾਂਜੀ, ਪ੍ਰਚਾਰ ਸਾਨੂੰ ਪਹਿਲਾਂ ਇਹਨਾਂ ਨੇ ਪਰਮਿਸ਼ਨਾਂ ਨਹੀਂ ਦਿੱਤੀਆਂ, ਹੁਣ ਪਰਮਿਸ਼ਨਾਂ ਮਿਲ ਗਈਆਂ ਤੇ ਹੁਣ ਆਪਾਂ ਚੱਲੇ ਆ। ਆਜ਼ਾਦ ਬੰਦੇ ਨਾਲ ਹਮੇਸ਼ਾ ਧੱਕਾ ਕਰਦੇ ਆ, ਔਰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਇੰਡੀਆ ਦੇ ਚੋਣ ਕਮਿਸ਼ਨਰ ਸਾਹਿਬ ਨੂੰ, ਵੀ ਚੋਣ ਕਮਿਸ਼ਨਰ ਸਾਹਿਬ ਜੇ ਤੁਸੀਂ ਸਾਨੂੰ 7 ਦਿਨ ਦਿੱਤੇ ਸੀਗੇ, 7 ਤੋਂ ਲੈ ਕੇ 14 ਤੱਕ, 2 ਤੁਸੀਂ ਛੁੱਟੀਆਂ ਕਰ ਦਿੱਤੀਆਂ, 5 ਦਿਨ ਦਿੱਤੇ, 5 ਦਿਨਾਂ ਦਾ ਕੀ ਕਰਨਾ ਸੀਗਾ। ਵਾਰਾਣਸੀ ਵਿੱਚ ਸਾਨੂੰ 3 ਦਿਨ ਮਿਲੇ, ਸ਼ਨੀਵਾਰ ਛੁੱਟੀ, ਐਤਵਾਰ ਛੁੱਟੀ, ਸੋਮਵਾਰ ਮੋਦੀ ਸਾਹਿਬ ਨੇ ਉਹਦੇ ਸਾਹਮਣੇ ਰੈਲੀ ਕਰ ਦਿੱਤੀ ਕਚਹਿਰੀ ਸਾਹਮਣੇ, ਮੰਗਲਵਾਰ ਫਾਰਮ ਭਰਨ ਚਲ ਗਏ, ਸਾਨੂੰ ਅੰਦਰ ਨਹੀਂ ਵੜਨ ਦਿੱਤਾ। ਇਹ ਧੱਕਾ ਵਾ ਮੁੱਦੇ, ਮੈਂ ਕਹਿੰਦਾ ਮੈਨੂੰ 4 ਘੰਟਿਆਂ ਸਿਰਫ ਪ੍ਰਧਾਨ ਮੰਤਰੀ ਮੈਂ ਬਣਾ ਕੇ ਦੇਖੋ, ਮੈਂ ਇੰਡੀਆ ਅਮੀਰ ਕਰ ਦੂੰਗਾ 4 ਘੰਟਿਆਂ 'ਚ, ਜਿਹੜਾ ਕਿ 50 ਸਾਲ 'ਚ ਨਹੀਂ ਕਰ ਸਕਦੇ, 100 ਸਾਲ ਵੀ ਲੱਗੇ ਰਹਿਣ ਤਾਂ ਵੀ ਨਹੀਂ ਕਰ ਸਕਦੇ। ਜਲੰਧਰ 'ਚ ਮੈਨੂੰ ਅਗਰ ਮੈਂ ਇੱਕ ਦਿਨ 'ਚ MP ਬਣੂੰਗਾ, ਦੂਜੇ ਦਿਨ ਜਲੰਧਰ ਵਾਲਿਆਂ ਦਾ ਮੁੱਲ ਨਹੀਂ, ਪੰਜਾਬ ਦਾ ਮੁੱਲ ਮੁੜੂੰਗਾ ਮੈਂ। ਬਹੁਤ ਵੱਡੀ ਕੁਰਬਾਨੀ ਹੈ ਮੈਂ ਦੇ ਰਿਹਾ ਇਸ ਬਾਈਕ ਤੇ ਕਰੂੰਗਾ। ਨਹੀਂ ਜੀ, ਇਹ ਦੇਖੋ ਮੇਰੇ ਗਰੀਬ ਬੰਦੇ ਕੋਲ ਪੈਸੇ ਹੈ ਨਹੀਂ ਗੇ, ਤੇ ਮੈਂ ਜਿੰਨੇ ਜੋ ਗਾਹਕ ਆ, ਮੈਂ ਜਿੰਨੀ ਔਕਾਤ ਆ ਮੇਰੀ, ਔਕਾਤ ਤੋਂ ਆਪਾਂ ਬਾਹਰ ਨਹੀਂ ਜਾ ਸਕਦੇ। ਔਰ ਆਪਾਂ ਗੱਲ ਕਰੀਏ, ਮੈਡਮ ਦਿਖਾਇਓ, ਪਾਪਾ ਜੀ ਫਾਰਮ ਦਿਖਾਇਓ ਮੇਰਾ। ਸੰਵਿਧਾਨ ਨੂੰ ਅਸੀਂ ਲੈ ਕੇ ਚੱਲੇ ਹਾਂ, ਸੰਵਿਧਾਨ ਹੈ ਤੇ ਰਾਸ਼ਟਰਪਤੀ ਹੈ, ਸੰਵਿਧਾਨ ਹੈ ਤੇ ਪ੍ਰਧਾਨ ਮੰਤਰੀ ਹੈ, ਸੰਵਿਧਾਨ ਹੈ ਤੇ ਮੁੱਖ ਮੰਤਰੀ ਹੈ, ਸੰਵਿਧਾਨ ਹੈ ਤੇ ਇੱਕ MP ਹੈ, ਸੰਵਿਧਾਨ ਹੈ ਇੱਕ MLA, ਸੰਵਿਧਾਨ ਹੈ ਇੱਕ ਕੌਂਸਲਰ ਹੈ, ਸੰਵਿਧਾਨ ਹੈ ਤੇ ਪਿੰਡ ਦਾ ਸਰਪੰਚ ਹੈ। ਔਰ ਇਹ ਬੰਦੇ ਜਿਹੜੇ ਗੱਦਾਰ ਬੰਦੇ ਨਾ, ਗੱਦਾਰ ਬੰਦੇ, ਇਹ ਕਹਿੰਦੇ ਸਾਡੇ ਸੰਵਿਧਾਨ ਨੂੰ ਨਹੀਂ ਮੰਨਦੇ। ਅਸੀਂ ਕਹਿੰਦੇ ਹਾਂ ਜੋ ਸਾਡੇ ਡਾਕਟਰ ਭੀਮ ਰਾਓ ਬਾਬਾ ਸਾਹਿਬ ਕਰਕੇ ਨਾ, 16-16 ਘੰਟੇ ਦੀ ਡਿਊਟੀ ਸੀ, 8 ਘੰਟੇ ਕਰ ਦੇਗੇ, ਸੰਵਿਧਾਨ ਹੱਥ 'ਤੇ ਫੜਿਆ ਵਾ, ਉਂਗਲੀ ਤਾਂ ਕਰ ਗਏ ਕਿ ਸਾਡੇ ਵਰਗਾ ਕੰਮ ਕੋਈ ਨਹੀਂ ਕਰ ਸਕਦਾ, ਡਾਕਟਰ ਭੀਮ ਰਾਓ ਬਾਬਾ ਸਾਹਿਬ ਵਰਗਾ ਕੰਮ ਕੋਈ ਸੋਚ ਕੇ ਨਹੀਂ ਕਰ ਸਕਦਾ, ਕੋਈ ਮੰਤਰੀ ਚਾਹੇ ਹੁਣ ਇਹਨਾਂ ਨੂੰ ਚੈਲੰਜ ਕਰੇਗਾ ਆ ਕੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ, ਅਤੇ ਉਹਦਾ ਹਾਲ ਵੋਟਾਂ 'ਚ ਤੁਹਾਨੂੰ ਪਤਾ ਲੱਗੇ।